ਮੋਟੀਵੇਸ਼ਨ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਵਧੀਆ ਜਿਮ ਦੇ ਵਿੱਚ ਜਾਓ ਤੇ ਕਿਸੇ ਟਾਈਮ ਅਸੀਂ ਡੰਡਿਆਂ ਨਾਲ ਇੱਟਾਂ ਬੰਨ ਕੇ ਵੀ ਜਿਮ ਲਾਉਂਦੇ ਰਹਾਂਗੇ। ਤਾਂ ਪਹਿਲੀ ਜਿਮ ਮੇਰੀ ਮੇਰੇ ਘਰ ਦੇ ਸਭ ਤੋਂ ਨੇੜੇ ਸੀਗੀ ਤੇ ਕਿਹੜੀ ਸੀਗੀ ਕੀ ਸਮਾਨ ਸੀਗਾ ਉਹ ਮੈਂ ਤੁਹਾਨੂੰ ਦਿਖਾਊਂਗਾ। ਲਓ ਜੀ ਹੁਣ ਮੈਂ ਤੁਹਾਨੂੰ ਇੱਕ ਪ੍ਰੋ ਟਿਪਸ ਦੇਣ ਲੱਗਿਆ ਸ਼ੋਲਡਰ ਵਾਸਤੇ। ਬਹੁਤ ਸਵਾਲ ਹੁੰਦੇ ਆ ਕਿ ਸਾਡੇ ਸ਼ੋਲਡਰ ਗੋਲ ਨਹੀਂ ਬਣਦੇ ਹੈਗੇ, ਇਹਨਾਂ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈਗੀ। ਮੈਂ ਆਪਣੀ ਲਾਈਫ ਦੀ ਸਭ ਤੋਂ ਵਧੀਆ ਮੂਵਮੈਂਟ ਸ਼ੇਅਰ ਕਰਨੀ ਆ ਤੁਹਾਡੇ ਨਾਲ। ਮੈਂ ਜਿਮ ਕਿੱਥੋਂ ਸਟਾਰਟ ਕੀਤੀ, ਸਭ ਤੋਂ ਪਹਿਲੀ ਜਿਮ ਮੇਰੀ ਕਿਹੜੀ ਸੀ, ਮੈਂ ਉਹੀ ਦਿਖਾਉਣਾ ਚਾਹੁੰਦਾ ਤੁਹਾਨੂੰ। ਵੀ ਮੋਟੀਵੇਸ਼ਨ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਵਧੀਆ ਜਿਮ ਦੇ ਵਿੱਚ ਜਾਓ, ਤਾਂ ਜੋ ਤੁਹਾਨੂੰ ਮਿਲਦਾ ਤੁਸੀਂ ਉਹਦੇ ਨਾਲ ਵੀ ਸ਼ੁਰੂ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਵਧੀਆ ਤੋਂ ਸਟਾਰਟ ਹੁੰਦਾ ਆ, ਅਤੇ ਕਿਸੇ ਟਾਈਮ ਅਸੀਂ ਡੰਡਿਆਂ ਨਾਲ ਇੱਟਾਂ ਬੰਨ ਕੇ ਵੀ ਜਿਮ ਲਾਉਂਦੇ ਰਹਾਂਗੇ। ਉਸ ਤੋਂ ਬਾਅਦ ਸਾਨੂੰ ਥੋੜ੍ਹਾ ਜਿਹਾ ਵਧੀਆ ਮਿਲ ਗਿਆ ਸੀਗਾ, ਇੱਕ ਰੋਡ ਵਗੈਰਾ ਮਿਲ ਗਏ ਸੀ, ਡੰਬਲ ਮਿਲ ਗਏ ਸੀਗੇ, ਅਤੇ ਉਸ ਤੋਂ ਬਾਅਦ ਅਸੀਂ ਜੇ ਜਿਮ ਸਟਾਰਟ ਕੀਤੀ ਆ, ਉਹੀ ਦਿਖਾਉਣਾ ਚਾਹੁੰਦਾ ਕਿ ਸਭ ਤੋਂ ਪਹਿਲੀ ਜਿਮ ਮੇਰੀ ਮੇਰੇ ਘਰ ਦੇ ਸਭ ਤੋਂ ਨੇੜੇ ਸੀਗੀ, ਅਤੇ ਕਿਹੜੀ ਸੀਗੀ ਕੀ ਸਮਾਨ ਸੀਗਾ ਉਹ ਮੈਂ ਤੁਹਾਨੂੰ ਦਿਖਾਊਂਗਾ। ਐਂਡ ਤੱਕ ਬਣੇ ਰਹੋ ਮੇਰੀ ਵੀਡੀਓ ਦੇ, ਅਤੇ ਤੁਹਾਨੂੰ ਵਧੀਆ ਪ੍ਰੋ ਟਿਪਸ ਦੇਵਾਂਗਾ। ਲਓ ਜੀ ਹੁਣ ਤੁਹਾਨੂੰ ਅਸੀਂ ਆਪਣੀ ਜਿਮ ਦਿਖਾਉਣ ਲੱਗਿਆਂਗੇ। ਜਿਹੜੀ ਪਿੰਡ ਦੀ ਸੱਥ ਹੁੰਦੀ ਹੈ, ਭਾਈ ਕਹਿ ਦਿੰਦੇ ਹਾਂ, ਉਹਦੇ ਵਿੱਚ ਸਾਡੀ ਜਿਮ ਸੀਗੀ। ਸਟਾਰਟਿੰਗ ਤੋਂ ਦੇਖ ਲਿਓ, ਆ ਜਾਓ ਅੰਦਰ ਆ ਜਾਓ ਤੁਸੀਂ। ਇੱਕ ਹਾਲ ਆ ਵਧੀਆ ਵੱਡਾ ਕਮਰੇ ਆ, ਇਹਦੇ ਵਿੱਚ ਰੱਖਿਆ ਸੀ ਸਮਾਨ ਸੀਗਾ ਆਹ ਵਾਲਾ। ਸਟਾਰਟਿੰਗ ਦੇ ਵਿੱਚ ਸਾਡੇ ਕੋਲ ਇੰਨਾ ਹੀ ਸਮਾਨ ਸੀਗਾ ਜਿਹਦੇ ਤੋਂ ਅਸੀਂ ਜਿਮ ਲਾ ਕੇ ਅਸੀਂ ਬੋਡੀ ਬਣਾਈ ਹੈ, ਅਤੇ ਅਸੀਂ ਅੱਗੇ ਗਏ ਹਾਂ, ਸਾਡੀ ਨੌਲੇਜ ਅੱਪ ਹੁੰਦੇ ਗਏ ਹਾਂ। ਇੱਥੋਂ ਸਟਾਰਟ ਕੀਤਾ ਆ, ਜ਼ਰੂਰੀ ਨਹੀਂ ਕਿ ਵਧੀਆ ਜਿਮ ਤੋਂ ਸਟਾਰਟ ਕੀਤਾ ਸੀਗਾ, ਇਹਦੇ ਤੋਂ ਵੀ ਘੱਟ ਸਮਾਨ ਸੀਗਾ। ਇਹ ਅਸੀਂ ਬਾਅਦ 'ਚ ਸਾਰਾ ਇਕੱਠਾ ਕਰਿਆ ਹੈਗਾ, ਬਾਈ ਕੀਤਾ ਆ 2010-11 ਵਿੱਚ ਮੈਂ ਸਟਾਰਟ ਕੀਤਾ ਸੀ ਜਿਮ, ਅਤੇ ਲਾਈਕ ਸਾਡੇ ਥੋੜ੍ਹਾ ਜਿਹਾ ਸਮਾਨ ਹੁੰਦਾ ਸੀਗਾ, 2-4 ਡੰਬਲ ਹੁੰਦੇ ਸੀ, 1-2 ਰੋਡ ਹੁੰਦੇ ਸੀਗੇ, ਉਹਦੇ ਤੋਂ ਬੋਡੀ ਬਣਾਉਣੀ ਸਟਾਰਟ ਕੀਤੀ। ਫਿਰ ਸਾਨੂੰ ਓਵਰ ਜਿਮ ਜੀਨਾਂ ਵੀ ਮਿਲ ਗਈਆਂ ਉਸ ਤੋਂ ਬਾਅਦ, ਅਤੇ ਉਹ ਵੀ ਅਸੀਂ ਨੇ ਫਿਰ ਕੀਤਾ। ਲਾਈਕ 3-4 ਸਾਲ ਮੈਂ ਇੱਥੇ ਜਿਮ ਲਾਈ ਆ, ਇੱਥੋਂ ਅੱਪ ਹੋਇਆ ਹਾਂ, ਇਹ ਮੇਰੇ ਘਰ ਦੇ ਜਮੀ ਨੇੜੇ ਸੀਗੀ, ਅਤੇ ਮੈਂ ਇੱਕ ਵਧੀਆ ਡੇਲੀ ਜਿਮ ਲਾਉਂਦਾ ਸੀਗਾ, ਅਤੇ 2-2 ਟਾਈਮ ਵੀ ਲਾਉਂਦਾ ਰਿਹਾ, ਮੋਰਨਿੰਗ ਦੇ ਵਿੱਚ ਵੀ ਅਤੇ ਈਵਨਿੰਗ ਦੇ ਵਿੱਚ, ਕਿਉਂਕਿ ਉਸ ਟਾਈਮ ਨੌਲੇਜ ਹੁੰਦੀ ਨਹੀਂ ਸੀ ਵੀ ਰੈਸਟ ਵੀ ਜ਼ਰੂਰੀ ਆ। ਜਦੋਂ ਜੀ ਕਰਦਾ ਜਿਮ ਦੇ ਵਿੱਚ ਆ ਜਾਂਦਾ ਸੀਗਾ ਅਤੇ ਵਰਕਆਊਟ ਕਰਦਾ ਸੀਗਾ। ਇਹ ਮੇਰੇ ਤੋਂ ਸੀਨੀਅਰ ਆ, ਇਹਦਾ ਨਾਮ ਹੈਗਾ ਮਿੰਟੂ। ਇਹ ਮੇਰੇ ਤੋਂ ਪਹਿਲਾਂ ਦਾ ਜਿਮ ਲਾਉਂਦਾ ਹੁੰਦਾ ਸੀਗਾ, ਮੈਂ ਇਹਦੇ ਤੋਂ ਮੋਟੀਵੇਸ਼ਨ ਲੈਂਦਾ ਹੁੰਦਾ ਸੀਗਾ। ਇਹਦੇ ਡੌਲੇ ਵਧੀਆ ਹੁੰਦੇ ਸੀ, ਕੁੱਕੜੀਆਂ ਪੈਂਦੀਆਂ ਹੁੰਦੀਆਂ ਸੀ ਡੌਲਿਆਂ ਵਿੱਚ, ਉਹਨਾਂ ਨੂੰ ਦੇਖ ਕੇ ਮੈਨੂੰ ਵੀ ਹੁੰਦਾ ਸੀ ਮੈਂ ਵੀ ਬਣਾਵਾਂ। ਲਓ ਜੀ ਹੁਣ ਮੈਂ ਤੁਹਾਨੂੰ ਇੱਕ ਪ੍ਰੋ ਟਿਪਸ ਦੇਣ ਲੱਗਿਆ ਸ਼ੋਲਡਰ ਵਾਸਤੇ। ਬਹੁਤ ਸਵਾਲ ਹੁੰਦੇ ਆ ਕਿ ਸਾਡੇ ਸ਼ੋਲਡਰ ਗੋਲ ਨਹੀਂ ਬਣਦੇ ਹੈਗੇ, ਇਹਨਾਂ ਲਈ ਅਸੀਂ ਕਿਹੜੀ ਐਕਸਰਸਾਈਜ਼ ਕਰੀਏ, ਅਤੇ ਉਹਦੇ ਲਈ ਮੈਂ 2-2 ਜਾਂ 3 ਐਕਸਰਸਾਈਜ਼ ਦੱਸਣ ਲੱਗਿਆ ਹੈ। ਧਿਆਨ ਨਾਲ ਦੇਖ ਲਿਓ, ਐਂਡ ਤੱਕ ਵੀਡੀਓ ਨੂੰ ਦੇਖ ਲਿਓ, ਵਧੀਆ ਵਧੀਆ ਐਕਸਰਸਾਈਜ਼ ਦੱਸਾਂਗਾ, ਛੋਟੀਆਂ ਕੰਮ ਦੀਆਂ ਨੇ ਸਾਰੀਆਂ, ਬੇਕਾਰ ਐਕਸਰਸਾਈਜ਼ ਨਹੀਂ ਹੈ, ਟਾਈਮ ਪਾਸ ਕੋਈ ਵੀ ਨਹੀਂ ਆ, ਬੈਸਟ ਰਿਜ਼ਲਟ ਆ, ਵਧੀਆ ਐਕਸਰਸਾਈਜ਼ ਨੇ। ਐਂਡ ਤੱਕ ਦੇਖ ਲਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਆ ਜਾਓ ਫਿਰ। ਸਭ ਤੋਂ ਪਹਿਲਾਂ ਵਾਰਮ ਅਪ ਜ਼ਰੂਰੀ ਆ, ਵਾਰਮ ਅਪ ਅਸੀਂ ਆਲਰੇਡੀ ਕਰ ਚੁੱਕੇ ਹਾਂ, ਜਦੋਂ ਵੀ ਕੋਈ ਐਕਸਰਸਾਈਜ਼ ਕਰਨੀ ਤਾਂ ਵਾਰਮ ਅਪ ਜ਼ਰੂਰ ਕਰ ਲੈਣਾ ਹੈ। ਹੁਣ ਅਸੀਂ ਪਹਿਲੀ ਐਕਸਰਸਾਈਜ਼ ਕਰਾਂਗੇ, ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ। ਪਹਿਲੀ ਐਕਸਰਸਾਈਜ਼ ਹੈਗੀ ਪਹਿਲੀ ਐਕਸਰਸਾਈਜ਼ ਕਰਨ ਲੱਗੇ ਹੈਗੀ, ਕਰਨੀ ਕਿੱਦਾਂ ਚੈੱਕ ਕਰ ਲਿਓ, ਠੀਕ ਹੈ, ਗੁੱਡ, ਬਿਲਕੁਲ ਸਲੋ ਕਰਨੀ ਹੈਗੀ, ਗੁੱਡ, ਉੱਥੇ ਹੋਲਡ ਵੀ ਕਰੇਗਾ, ਹੋਲਡ, ਗੁੱਡ, ਇੱਦਾਂ ਬਿਲਕੁਲ ਸਲੋ ਲੈ ਕੇ ਆਉਣੇ ਆ, ਉੱਪਰ ਨੂੰ ਸਲੋ, ਨੀਚੇ ਨੂੰ ਸਲੋ, ਮਸਲ 'ਤੇ ਪੂਰਾ ਪ੍ਰੈਸ਼ਰ ਪਾ ਕੇ ਰੱਖਣਾ ਆ, ਮਸਲ ਨੂੰ ਫੀਲ ਹੋਣਾ ਚਾਹੀਦਾ, ਸਟ੍ਰੈਸ ਦੇ ਵਿੱਚ ਹੋਣਾ ਚਾਹੀਦਾ ਮਸਲ, ਫਿਰ ਤਾਂ ਦਿੰਦੇ ਆ, ਗੁੱਡ, ਇਹਦੇ ਆਪਾਂ 10-12 ਰੈਪਸ ਕਰ ਸਕਦੇ ਹਾਂ, 3-4 ਸੈੱਟ ਕਰਦੇ ਹਾਂ, ਜ਼ੋਰ ਲਾਇਓ ਪ੍ਰੋਪਰ, ਗੁੱਡ, ਵੈਰੀ ਗੁੱਡ, 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 ਵੈਰੀ ਗੁੱਡ। ਇਹ ਸਾਡੀ ਪਹਿਲੀ ਐਕਸਰਸਾਈਜ਼ ਹੈਗੀ, ਇਹਦੇ ਆਪਾਂ 3-4 ਸੈੱਟ ਲਾਉਣੇ ਆ, ਰੈਪਸ ਰੱਖਿਓ 12-10-10-8, ਠੀਕ ਆ, 3-4 ਸੈੱਟ ਲਾ ਸਕਦੇ ਹੋ। ਉਸ ਤੋਂ ਬਾਅਦ ਆਪਾਂ ਅਗਲੀ ਐਕਸਰਸਾਈਜ਼ ਕਰਦੇ ਹੈਗੇ, ਜਿਹੜੀ ਹੁਣ ਐਕਸਰਸਾਈਜ਼ ਦੱਸਾਂਗਾ ਨਾ, ਇਹ ਸਭ ਤੋਂ ਵੱਧ ਕੱਟ ਕਰਦੀ ਹੈਗੀ, ਇਹ ਹੈਗੀ ਸਾਈਡ ਡੰਬਲ ਰੇਜ਼, ਠੀਕ ਹੈ, ਅਤੇ ਕਰਨੀ ਕਿੱਦਾਂ ਉਹ ਚੈੱਕ ਕਰ ਲਓ, ਇਹਦੇ 'ਚ ਕੀ ਆਪਾਂ ਬਹੁਤ ਜ਼ਿਆਦਾ ਗਲਤੀਆਂ ਕਰਦੇ ਹੈਗੇ, ਕਈ ਵਾਰ ਤਾਂ ਆਪਾਂ ਪੂਣੀਆਂ ਨੂੰ ਜ਼ਿਆਦਾ ਉੱਪਰ ਚੱਕ ਲੈਂਦੇ ਹੈਗੇ, ਕਈ ਵਾਰ ਆਪਣੇ ਆਰਮ ਸਿੱਧੀਆਂ ਹੁੰਦੀਆਂ ਨੇ ਉਹ ਵੀ ਜ਼ਿਆਦਾ ਠੀਕ ਨਹੀਂ ਕਰਦੀਆਂ, ਇਹ ਵੀ ਕਹਿੰਦਾ ਥੋੜ੍ਹੀ ਜਿਹੀ ਆਰਮ ਬੈਂਡ ਕਰਦੀਆਂ, ਜਿਹੜੀ ਐਲਬੋ ਆ ਤੁਹਾਡੀ ਰੈਸਟ ਦੇ ਨਾਲ ਉੱਚੀ ਜਾਣੀ ਚਾਹੀਦੀ ਹੈ, ਰੈਸਟ ਤੋਂ ਐਲਬੋ ਤੋਂ ਉੱਚਾ ਨਾ ਜਾਵੇ, ਜਿਹੜਾ ਐਲਬੋ ਨੇ ਰੈਸਟ ਤੋਂ ਉੱਚੀ ਜਾਣੀ ਚਾਹੀਦੀ ਨੇ, ਤਾਂ ਜ਼ਿਆਦਾ ਫਿੱਟ ਹੁੰਦਾ ਆ, ਚੈੱਕ ਕਰ ਲਓ ਕਰਨੀ ਕਿੱਦਾਂ, ਬਿਲਕੁਲ ਸਲੋ ਕਰ ਲਿਓ, ਆਹ ਜੀ ਕਰ ਲਿਓ, ਇੱਥੇ ਅੱਗੇ ਸਕਰੂਜ਼ ਕਰਨਾ, ਫਿਰ ਡਾਊਨ ਕਰ ਲੈਣਾ, ਚਲੋ, ਗੁੱਡ, ਲੋ ਡਾਊਨ, ਨੀਚੇ ਲੈ ਕੇ ਆਉਣਾ, ਇੱਥੇ ਲੈ ਕੇ ਜਾਇਓ, ਐਸੋ ਕਰਨਾ ਫਿਰ ਇੱਥੇ ਰੋਕਣ ਦੀ ਕੋਸ਼ਿਸ਼ ਕਰਦੇ ਫਲੈਕਸ ਆਫ ਸੈਕਿੰਡ ਲਈ, ਤਾਂ ਜਿਹੜਾ ਨੀਚੇ ਜਦੋਂ ਵੇਟ ਹੈਵੀ ਲਾਉਂਗੇ ਫਿਰ ਫਲੈਕਸ ਆਫ ਸੈਕਿੰਡ ਲਈ ਰੁਕੂਗਾ, ਜ਼ਿਆਦਾ ਟਾਈਮ ਲਈ ਸਲੋ ਨਹੀਂ ਸਕਦੇ ਹੈਗੇ, ਗੁੱਡ, 10-12 ਰੈਪਸ ਕਰਦੇ ਹਾਂ, ਬਿਲਕੁਲ ਸਲੋ ਸੈਟ ਅਪ, ਉਹੀ 3-4 ਕਰ ਸਕਦੇ ਹਾਂ, ਰੈਸਟ ਟਾਈਮ ਰੱਖ
7 ਤੋਂ ਲੈ ਕੇ 90 ਸੈਕਿੰਡ ਦਾ ਮਤਲਬ 1 ਤੋਂ 1.5 ਮਿੰਟ ਦਾ ਰੈਸਟ ਟਾਈਮ ਰੱਖੀ ਜ਼ਰੂਰੀ ਆ ਵੇਟ ਉਹਨਾਂ ਤੇ ਹੀ ਹੈਵੀ ਚੱਕਣਾ ਜਿਹਦੇ ਨਾਲ ਤੁਹਾਡਾ ਪੋਸਚਰ ਆ ਉਹ ਖਰਾਬ ਨਾ ਹੋਵੇ ਤੁਹਾਡੀ ਪੋਜੀਸ਼ਨ ਬਣੀ ਰਹੇ ਬਰਕਰਾਰ ਗਲਤ ਐਕਸਰਸਾਈਜ਼ ਲਾਉਣ ਦਾ ਕੋਈ ਬੈਨੀਫਿਟ ਨਹੀਂ ਆ ਇੰਜਰੀ ਕਰਵਾ ਲਓਗੇ ਇਸ ਲਈ ਕਹਿਣਾ ਵੀ ਉਹਨਾਂ ਹੀ ਵੇਟ ਚੱਕੋ ਜਿਹਦੇ ਨਾਲ ਤੁਹਾਡਾ ਪੋਸਚਰ ਸਹੀ ਰਹੇ ਐਕਸਰਸਾਈਜ਼ ਸਹੀ ਕਰਨੀ ਚਾਹੀਦੀ ਹੈ ਗੁੱਡ ਵੈਰੀ ਗੁੱਡ ਇਹ ਆਪਣੀ ਦੂਜੀ ਐਕਸਰਸਾਈਜ਼ ਸੀਗੀ ਸ਼ੋਲਡਰ ਦੀ ਸਾਈਡ ਲੰਬ ਰੇਜਸ ਗੁੱਡ ਇਹਦੇ ਪਰ 3 ਤੋਂ 4 ਸੈੱਟ ਕਰਨੇ ਆ ਰੈਸਟ ਵੀ 1 ਤੋਂ 1.5 ਮਿੰਟ ਹੀ ਰੱਖਿਓ ਪ੍ਰੋਪਰ ਰੈਸਟ ਕਰਕੇ ਫਿਰ ਅਗਲਾ ਸੈੱਟ ਲਾਉਣਾ 3 ਤੋਂ 4 ਸੈੱਟ ਇਹਨਾਂ ਬਣੇ ਤੁਹਾਡੇ ਲਈ ਹੁਣ ਆਪਾਂ ਤੀਜੀ ਐਕਸਰਸਾਈਜ਼ ਕਰਾਂਗੇ ਹੁਣ ਆਪਣੀ ਸ਼ੋਲਡਰ ਦੀ ਤੀਜੀ ਐਕਸਰਸਾਈਜ਼ ਆ ਅਪਰਾਈਟ ਰੋ ਕਰਨੀ ਕਿੱਦਾਂ ਉਹ ਚੈੱਕ ਕਰ ਲਿਓ ਬੈਕ ਐਕਸਰਸਾਈਜ਼ ਆ ਆਪਣਾ ਰੀਅਰ ਡੈਡ ਵੀ ਟ੍ਰੇਨ ਹੁੰਦਾ ਸਾਈਡ ਡੈਡ ਵੀ ਟ੍ਰੇਨ ਹੁੰਦਾ ਇਹਦਾ ਚੈੱਕ ਕਰ ਲਿਓ ਵੈਸੇ ਉਹਦੇ ਹੱਥ ਨੇ ਨਾ ਜਿਹੜੇ ਉਹ ਇੰਨੇ ਨਾ ਪਾਏ ਉਹਨੂੰ ਖੁੱਲੇ ਪਾ ਲਿਓ ਸ਼ੋਲਡਰ ਤੋਂ ਥੋੜ੍ਹੇ ਜਿਹੇ ਅਪ ਰੱਖਿਓ ਚਲੋ ਜੀ ਇਹ ਕੀ ਆ ਪਹਿਲਾਂ ਚੈਸਟ ਨੂੰ ਅਪ ਰੱਖਣਾ ਬਾਡੀ ਨੂੰ ਥੋੜਾ ਝੁਕਾ ਕੇ ਰੱਖਣਾ ਆ ਠੀਕ ਹੈ ਫਿਰ ਹੌਲੀ ਹੌਲੀ ਪੁੱਲ ਕਰਨਾ ਇੱਧਰ ਰੱਖਣਾ ਚਲੋ ਗੁੱਡ ਇਹਨੂੰ ਅਪਰਾਈਟ ਨੂੰ ਕਹਿੰਦੇ ਆ ਇਹਦੇ ਆਪਾਂ 10 ਤੋਂ 12 ਰੈਪਸ ਆਵਾਂਗੇ 3 ਤੋਂ 4 ਸੈੱਟ ਵੇਟ ਉਹਨੇ ਹੀ ਹੈਵੀ ਲੈ ਲਓ ਜਿਹਦਾ ਥੋੜਾ ਪੋਸਚਰ ਖਤਰਾ ਹੋ ਗਿਆ ਤੇ ਫੈਕਸ ਆਫ ਸੈਕੰਡ ਇੱਥੇ ਲੈ ਕੇ ਐਕਸਕਿਊਜ਼ ਕਰਨਾ ਆ ਉਹੀ ਵੀ ਪੋਸਚਰ ਰੱਖਣਾ ਕਿ ਐਲਬੋ ਤੁਹਾਡੀ ਰਿਸ਼ਟ ਨਾਲ ਉੱਚੀ ਜਾਣੀ ਚਾਹੀਦੀ ਆ ਰਿਸ਼ਟ ਉੱਚੇ ਨਾ ਜਾਣ ਐਲਬੋ ਜ਼ਿਆਦਾ ਉੱਚੀ ਹੋਵੇ ਰਿਸ਼ਟ ਦੇ ਨਾਲ ਗੁੱਡ ਰੈਪਸ 10 ਤੋਂ 12 ਸੈੱਟ 3 ਤੋਂ 4 ਰੈਸਟ ਪੀਰੀਅਡ 1 ਤੋਂ 1.5 ਮਿੰਟ ਦਾ ਰੱਖਿਓ ਮਸਲ ਸੋਟਾ ਆ ਤਾਂ ਕਰਕੇ ਇੰਨੀ ਹੀ ਰੈਸਟ ਚਾਹੀਦੀ ਆ ਆਪਾਂ ਨੂੰ ਇਸ ਤੋਂ ਘੱਟ ਨਹੀਂ ਚਾਹੀਦੀ ਇਸ ਤੋਂ ਵੱਧ ਨਹੀਂ ਚਾਹੀਦੀ 1.5 ਤੋਂ 2 ਮਿੰਟ ਦੀ ਬਹੁਤ ਹੈ ਗੁੱਡ ਵੈਰੀ ਗੁੱਡ ਗੁੱਡ ਬਿਲਕੁਲ ਆਰਾਮ ਨਾਲ ਕਰਨੀ ਆ ਕੋਈ ਕਾਹਲੀ ਨਹੀਂ ਆ ਵੀ ਆਪਾਂ ਫਟਾਫਟ ਰੈਪਸ ਕਰ ਲਈਏ ਕੰਪਲੀਟ ਉਹਦਾ ਕੋਈ ਬੈਨੀਫਿਟ ਨਹੀਂ ਆ ਆਪਾਂ ਨੂੰ ਬਿਲਕੁਲ ਸਲੋ ਕਰਨਾ ਫਿਟ ਹੋਣਾ ਚਾਹੀਦਾ ਇੱਕ ਇੱਕ ਰੈਪ ਦਾ ਆਪਾਂ ਨੂੰ ਪਤਾ ਲੱਗੇ ਬੋਡੀ ਦਾ ਗੁੱਡ ਇੱਦਾਂ ਆਪਾਂ ਇਸ 3 ਤੋਂ 4 ਸੈੱਟ ਕਰਦੇ ਹਾਂ ਇਹ ਆਪਣੀਆਂ ਸ਼ੋਲਡਰ ਦੇ 3 ਐਕਸਰਸਾਈਜ਼ ਨੇ ਜਿਹੜੀਆਂ ਸਾਈਡ ਸ਼ੋਲਡਰ ਨੂੰ ਸਟਰੋਂਗ ਬਣਾਉਂਦੀਆਂ ਨੇ ਸ਼ੋਲਡਰ ਵੱਡੇ ਦਿਖਦੇ ਆ ਗੋਲ ਦਿਖਦੇ ਆ ਇਹ ਬੈਸਟ ਐਕਸਰਸਾਈਜ਼ ਨੇ 3 ਆਪਣੇ ਵਰਕਆਊਟ ਦੇ ਵਿੱਚ ਐਡ ਜ਼ਰੂਰ ਕਰ ਲਓ ਰਿਜ਼ਲਟ ਤੁਹਾਨੂੰ 100% ਮਿਲੂਗਾ ਹੁਣ ਤੁਹਾਨੂੰ ਅਸੀਂ ਆਪਣੀ ਬਾਕੀ ਜਿੰਮ ਦਿਖਾਉਣੇ ਹੈਗੀ ਆਹ ਵਾਲੇ ਮਸ਼ੀਨਾਂ ਸਾਨੂੰ ਮਿਲੀਆਂ ਸੀਗੀਆਂ ਬਹੁਤ ਟਾਈਮ ਪਹਿਲਾਂ ਅਤੇ ਮੋਸਟਲੀ ਜਿਨ੍ਹਾਂ ਨੂੰ ਮਿਲੀਆਂ ਨੇ ਉਹਨਾਂ ਨੂੰ ਤਾਂ ਖਰਾਬ ਕਰਦੇ ਕੋਈ ਜਿੰਮ ਚੱਲਦੀ ਪਰ ਸਾਡੇ ਸਾਹਮਣੇ ਰੱਖੇ ਹੋਏ ਨੇ ਅਤੇ ਚੱਲਦੀਆਂ ਨੇ ਅਤੇ ਤੁਹਾਨੂੰ ਯਾਰ ਯੂਜ਼ ਕਰਨ ਦਾ ਕਿੱਦਾਂ ਹੁੰਦਾ ਆ ਕਿਹੜੀ ਕਿਹੜੀ ਇਹਦੇ 'ਚ ਮਿਲੀਆਂ ਹੋਈਆਂ ਹੁਣ ਜਿਵੇਂ ਲਾਈਟ ਪੁੱਲ ਡਾਊਨ ਆ ਨਾ ਇਹਦੇ ਆਪਾਂ ਕਲੋਜ਼ ਗ੍ਰਿਪ ਵੀ ਲਾ ਸਕਦੇ ਹਾਂ ਵਾਈਡ ਗ੍ਰਿਪ ਵੀ ਲਾ ਸਕਦੇ ਲਾ ਕੇ ਖਾ ਲਓ ਤੁਹਾਨੂੰ ਇੱਕ ਤਾਂ ਇਹਦੇ ਨਾਲ ਵਾਈਡ ਦੇ ਲਾਈਟ ਪੁੱਲ ਡਾਊਨ ਲੱਗ ਜਾਂਦੀ ਆ ਦੂਜੀ ਤੁਸੀਂ ਕਲੋਜ਼ ਗ੍ਰਿਪ ਵੀ ਲਾ ਸਕਦੇ ਹੋ ਤੀਜੀ ਤੁਸੀਂ ਬੈਕ ਲਈ ਲਾ ਸਕਦੇ ਹੋ ਲਾਈਟ ਪੁੱਲ ਡਾਊਨ ਬੈਕ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਫਰੀਚਰ ਕਰ ਲਓ ਠੀਕ ਹੈ ਇਹ ਵਾਰ 5 ਮਿੰਟ ਬਾਅਦ ਤੇ ਆਪਾਂ ਆਉਂਦੇ ਰਹਿੰਦੇ ਤੇ ਇਹ ਵੀ ਇਸ ਤਰ੍ਹਾਂ ਇਹਦੀ ਆ ਪੈਕ ਪੈਕ ਕੋਲੇ ਪੈਕ ਟਾਈਪ ਚੱਲ ਜਾ ਚੈਸਟ ਵਾਸਤੇ ਆ ਇਹ ਚੈਸਟ ਵਾਲੀ ਮਸ਼ੀਨ ਹੈਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਫੱਟਾ ਮਿਲਿਆ ਵੀ ਇਨਕਲਾਈਨ ਵਾਸਤੇ ਇੱਥੇ ਆਪਾਂ ਡਿਕਲਾਈਨ ਚੈਸਟ ਪ੍ਰੈਸ ਕਰ ਸਕਦੇ ਹਾਂ ਐਬਸ ਦਾ ਵਰਕਆਊਟ ਕਰ ਸਕਦੇ ਹਾਂ ਉਹਦੇ ਇਹ ਵਾਲਾ ਅਲੱਗ ਬੈਸਟ ਲੱਗ ਜਾਂਦੀ ਐਕਸਰਸਾਈਜ਼ ਵਾਸਤੇ ਸਾਈਡ ਵਾਸਤੇ ਇੱਦਾਂ ਕਾਫੀ ਕੁਛ ਸੀਗਾ ਜਿਹੜਾ ਤੁਹਾਨੂੰ ਮਿਲਿਆ ਸੀਗਾ ਇਹ ਅਤੇ ਲੋਕ ਸਾਂਭ ਕੇ ਨਹੀਂ ਰੱਖਦੇ ਬਟ ਸਾਡੇ ਕੋਲ ਫਿਰ ਵੀ ਚੱਲਦਾ ਆ ਵਰਕਆਊਟ ਤੁਹਾਡੇ ਲਾਉਂਦੇ ਆ ਇੱਥੇ ਵਧੀਆ ਸਾਂਭ ਕੇ ਰੱਖਦੇ ਆ ਅਤੇ ਇੱਕ ਆਹ ਵਿੱਚ ਮਿਲਿਆ ਚਲੋ ਸਰਕਾਰੀ ਵਾਲਾ ਅਤੇ ਇਹਦੇ ਵਿੱਚ ਕੀ ਆ ਫਲੈਟ ਰੈਂਟ ਆ ਨਾਲ ਇਨਕਲਾਈਨ ਥੋੜ੍ਹਾ ਚੈਸਟ ਵਾਸਤੇ ਲਾ ਦਿੰਦੇ ਆ ਅਤੇ ਹੋਰ ਕਿਹੜਾ ਮਿਲਿਆ ਸੀਗਾ ਮੈਨੂੰ ਫਲੈਟ ਓਕੇ ਸੀਗਾ ਜੀ ਇੱਕ ਉਹ ਵਾਲਾ ਹਾਈਪਰਸਟਾਈਲ ਵਾਸਤੇ ਠੀਕ ਹੈ ਸਭ ਤੋਂ ਇੰਪੋਰਟੈਂਟ ਫਰ ਲਵੇ ਆਹ ਵਾਲਾ ਵੇਟ ਆ ਜਿਹੜਾ ਇਹਦੇ ਨਾਲ ਸਾਰੇ ਐਕਸਰਸਾਈਜ਼ ਕਰ ਸਕਦੇ ਹਾਂ ਜੇ ਸਾਡੇ ਕੋਲ ਮਸ਼ੀਨਾਂ ਨਹੀਂ ਹੋਣਗੀਆਂ ਤਾਂ ਜੇ ਆਹ ਆ ਸਾਡੇ ਕੋਲ ਤਾਂ ਓਵਰਆਲ ਬਾਡੀ ਦਾ ਵਰਕਆਊਟ ਅਸੀਂ ਕਰ ਸਕਦੇ ਹਾਂ ਇਹਨਾਂ ਡੰਬਲਸ ਅਤੇ ਰੋਡ ਨਾਲ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਮਸ਼ੀਨੀ ਵੇਟ ਹੋਣਾ ਚਾਹੀਦਾ ਦੇਸੀ ਵੇਟ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਮੈਂ ਇਹਦੇ 'ਤੇ ਸਟਾਰਟ ਕੀਤਾ ਸੀਗਾ ਇਹਦੇ 'ਤੇ ਬਾਡੀ ਬਣਾਈ ਆ ਜਿੰਨੀ ਵੀ ਬਣਾਈ ਆ ਉਸ ਤੋਂ ਬਾਅਦ ਮੈਂ ਇਸ ਜਿੰਮ ਦੇ ਵਿੱਚ ਗਿਆ ਹਾਂ ਪਹਿਲਾਂ ਮੈਂ ਇਹਦੇ ਨਾਲ ਹੀ ਕਰਦਾ ਹੁੰਦਾ ਸੀਗਾ ਆਹ ਮਸ਼ੀਨਾਂ ਤੁਹਾਨੂੰ ਬਹੁਤ ਬਾਅਦ 'ਚ ਮਿਲੀਆਂ ਨੇ ਅਤੇ ਬਾਕੀ ਐਕਸਕਿਊਜ਼ ਨਾ ਲੱਭਿਆ ਕਰੋ
जिम लिए सू वाया जिम नहीं हैगी अभी फिर स्टार्ट करा एक तरीक तो स्टार्ट करा नवे साल तो स्टार्ट करा नवी जिम होगी नवा साल होगा ये बहाने नहीं मारनी हैगी जो थोड़ा मिलता है उसको स्टार्ट करो ठीक है मोटिवेशन लिया मेरी वीडियो जरूर देख लियो इतों स्टार्ट किया अज की वीडियो में मैं अपनी पहली जिम दिखाई है तो शोल्डर के तीन एक्सर दसिया ने इदा की वीडियो देखने लिए मेरे चैनल सबसक्राइब कर लियो मेरी वीडियो लाइक तो शेयर कर दो मैं थोड़ा अपना लवली फिटनेस।